ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਕਰਵਾਵਾਂਗੇ ਪੰਜਾਬੀ ਲਿਟਰੇਚਰ ਦਾ ਟੌਪਿਕ ਪੰਜਾਬੀ ਲਗਤੀ ਦਾ ਵਿਰੁਕਤੀ ਸੰਪਰਦਾਇ ਵਿਰੁਕਤੀ ਸੰਪਰਦਾਇ ਹੈ ਕਿ ਠੀਕ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਤੁਸੀਂ ਯਾਦ ਕਰਨਾ ਇਹ ਸਭ ਤੋਂ ਪਹਿਲਾਂ ਤਾਂ ਵਿਰੁਕਤੀ ਹੁੰਦਾ ਕਿਵੇਂ ਇਨ ਸ਼ਾਰਟ ਦੇ ਵਿੱਚ ਦੱਸਦਾ ਵਿਰੁਕਤੀ ਕੀ ਹੁੰਦਾ ਵਿਰੁਕਤੀ ਦੋ ਸ਼ਬਦਾਂ ਦੇ ਮੇਲ ਤੋਂ ਬਣਦਾ ਬਰੁ ਬਕਰ ਪ੍ਰਸ ਉਕਤੀ ਉਕਤੀ ਕੀ ਹੁੰਦਾ ਗੱਲਬਾਤ ਵਕਰ ਹੋ ਗਿਆ ਟੇਡੀ ਮੇਟੀ ਮਤਲਬ ਕਿ ਜਦੋਂ ਪਰ ਟੇਡੀ ਮੇਟੀ ਗੱਲਬਾਤ ਕਰਦੇ ਆ ਸਾਹਿਤ ਦੇ ਵਿੱਚ ਤੁਸੀਂ ਦੇਖਦੇ ਕਾਤਤਾਰੇ ਵਿੱਚ ਜਾਂ ਕਹਾਣੀ ਦੇ ਵਿੱਚ ਕਿਸੇ ਵੀ ਚੀਜ਼ ਦਾ ਸਾਹਿਤ ਜਦੋਂ ਟੇਡੀ ਮੇਟੀ ਗੱਲ ਕਹੀ ਵੀ ਹੁੰਦੀ ਹੈ ਤਾਂ ਉਹ ਕੀ ਹੁੰਦੀ ਹੈ ਵਿਰੁਕਤ ਹੀ ਹੁੰਦੀ ਹੈ ਓਕੇ ਜ ਜਿਹਨੂੰ ਆਪਾਂ ਵਿਅੰਗ ਵੀ ਕਹਿ ਸਕਦੇ ਆ ਤੇ ਇਹ ਤਾਂ ਤੁਹਾਨੂੰ ਇਨ ਸ਼ਾਰਟ ਚ ਦੱਸਤਾ ਮੈਂ ਹੁਣ ਉਹਨੂੰ ਯਾਦ ਕਿਵੇਂ ਕਰਨਾ ਦੇਖੋ ਇਹਦੇ ਵਿੱਚ ਕਾਫੀ ਜ਼ਿਆਦਾ ਪਰਿਭਾਸ਼ਾ ਨੇ ਵੀ ਕਿਸ ਰਾਈਟਰ ਨੇ ਕੀ ਕਿਹਾ ਹੋਇਆ ਜਿਹੜੇ ਸਾਹਿਤਕਾਰ ਨੇ ਕੀ ਕਿਹਾ ਹੋ ਗਿਆ ਸਭ ਤੋਂ ਪਹਿਲਾਂ ਤੁਸੀਂ ਨਾਮ ਯਾਦ ਕਰ ਲੈਣੇ ਨੇ ਵਿਰੁਕਤ ਦੀ ਸੰਪਰਦਾਇ ਦਾ ਮੁੱਢੀ ਕੌਣਾ ਕੁੰਤਕ ਹੈ ਫਿਰ ਤੁਹਾਨੂੰ ਵਿਚਲਾ ਮਟੀਰੀਅਲ ਯਾਰ ਰਹੂਗਾ ਜਿਵੇਂ ਆਪਾਂ ਕਹਿ ਸਕਦੇ ਜਿਵੇਂ ਆਪਾਂ ਹੈਡਿੰਗ ਯਾਰ ਕਰਦੇ ਹਣਾ ਕੁੰਤਕ ਉਸ ਤੋਂ ਬਾਅਦ ਬਾਨਪੱਟ ਠੀਕ ਹੈ ਫਿਰ ਭਾਵੇਂ ਆਹ ਅੱਗੇ ਪਿੱਛੇ ਕਰ ਸਕਦੇ ਹੋ ਤੁਸੀਂ ਜਿਵੇਂ ਆਚਾਰੀ ਕੁੰਤਕ ਤੋਂ ਬਾਅਦ ਤੁਹਾਨੂੰ ਦਿਮਾਗ ਚਾਰਾ ਦੰਡੀ ਨੇ ਕੀ ਕਿਹਾ ਆਹ ਭਾਵੇਂ ਨੇ ਕੀ ਕਿਹਾ ਬਾਨਪੱਟ ਤੋਂ ਬਾਅਦ ਚੋ ਯਾਰ ਆ ਰਿਹਾ ਤਾਂ ਫਿਰ ਤੁਸੀਂ ਬਾਅਦ ਚੋ ਲਿਖ ਸਕਦੇ ਹੋ ਓਕੇ ਜ਼ਰੂਰੀ ਨਹੀਂ ਹੈ ਕਿ ਜਿਵੇਂ ਕੁੰਤਕ ਲਿਖਿਆ ਉਸ ਤੋਂ ਬਾਅਦ ਹੀ ਤੁਸੀਂ ਬਾਨਪੱਟ ਲਿਖਣਾ ਫਿਰੇ ਭਾਵੇਂ ਲਿਖਣਾ ਫਿਰ ਦੰਡੀ ਲਿਖਣਾ ਨੋ ਅੱਗੇ ਪਿੱਛੇ ਤੁਸੀਂ ਕਰ ਸਕਦੇ ਹੋ ਜਿਵੇਂ ਤੁਹਾਨੂੰ ਸਭ ਤੋਂ ਪਹਿਲਾਂ ਅਗਰ ਬਾਮਨ ਯਾਦ ਆ ਗਿਆ ਤੁਸੀਂ ਇਹ ਇਹਨੇ ਕੀ ਕਿਹਾ ਆਨੰਦਵਰਦਨ ਨੇ ਕੀ ਕਿਹਾ ਤੁਸੀਂ ਉਹ ਲਿਖ ਸਕਦੇ ਅੱਗੇ ਫਿਰ ਰੂਦਰਟ ਨੇ ਕੀ ਕਿਹਾ ਠੀਕ ਹੈ ਫਿਰ ਤੋਂ ਕੁੰਤਕ ਨੇ ਕੀ ਕਿਹਾ ਇਹ ਸਾਰੇ ਦੈਨ ਲਾਸਟ ਦੇ ਵਿੱਚ ਆ ਜਾਊਗਾ ਮਹੱਤਵ ਤੇ ਦੇ ਭੇਦ ਕਿੰਨੇ ਨੇ ਇਹ ਸਾਰਾ ਟੌਪਿਕ ਕਰਨਾ ਆਪਾਂ ਨੇ ਹਾਂਜੀ ਵਰੋਕਤੀ ਜਿਹੜਾ ਕਿ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਇੱਕ ਸੰਯੁਕਤ ਜਿਹੜਾ ਸ਼ਬਦ ਹੈ ਵਰੋਕਤੀ ਜਿਹਦੇ ਦੋ ਸ਼ਬਦ ਕਿਹੜੇ ਨੇ ਇੱਕ ਤਾਂ ਬਕਰ ਤੇ ਇੱਕ ਉਕਤੀ ਇਹਦੇ ਅਰਥ ਕੀ ਨੇ ਬਕਰ ਦਾ ਅਰਥ ਹੁੰਦਾ ਟੇਢੀ ਉਕਤੀ ਦਾ ਅਰਥ ਹੁੰਦਾ ਗੱਲ ਠੀਕ ਹੈ ਮਤਲਬ ਕਿ ਆਪਾਂ ਕਹਿ ਸਕਦੇ ਵੀ ਟੇਢੀ ਮਿੱਡੀ ਗੱਲ ਜਦੋਂ ਕਰੀ ਵੀ ਹੁੰਦੀ ਹੈ ਸਾਜ ਦੇ ਵਿੱਚ ਤਾਂ ਉਹਨੂੰ ਆਪਾਂ ਕੀ ਕਹਾਂਗੇ ਵਿਰੁਕਤੀ ਵਿਰੁਕਤੀ ਨੂੰ ਆਪਾਂ ਵਿਅੰਗ ਕਥਨ ਵੀ ਕਹਿ ਸਕਦੇ ਹਾਂ ਠੀਕ ਹੈ ਵਿਅੰਗ ਮਤਲਬ ਕਿ ਕੋਈ ਕਿਸ ਤੇ ਆਪਾਂ ਲਾਈਕ ਕੋ ਕਮੈਂਟ ਠੀਕ ਹੈ ਵਿਅੰਗ ਇਹਨੂੰ ਤੰਜੀਆ ਬੋਲ ਵੀ ਕਿਹਾ ਜਾਂਦਾ ਤੇ ਕਾਵ ਦੇ ਵਿੱਚ ਸਧਾਰਨ ਗੱਲ ਦੇ ਨਾਲ ਕੋਈ ਚਮਤਕਾਰ ਨਹੀਂ ਪੈਂਦਾ ਹੁਣ ਜਿਹੜਾ ਆਪਾਂ ਕਾਵ ਰਚ ਰਚਦੇ ਆ ਮਤਲਬ ਕਿ ਸਾਹਿਤ ਕਾਵ ਹੁੰਦਾ ਕਵਤਾ ਠੀਕ ਹੈ ਕਵਤਾ ਹੋ ਗਈ ਗਜਲਾਂ ਹੋ ਗਈਆਂ ਠੀਕ ਹੈ ਇਹਨਾਂ ਦੇ ਵਿੱਚ ਜਦੋਂ ਆਪਾਂ ਸਾਹਿਤ ਲਿਖਦੇ ਆ ਤਾਂ ਇਹਨਾਂ ਦੇ ਵਿੱਚ ਜਦੋਂ ਆਪਾਂ ਆਮ ਜੀ ਗੱਲ ਕਰ ਦਿੰਦੇ ਆ ਆਮ ਲਿਖ ਦਿੰਦੇ ਆ ਤਾਂ ਉਹਦੇ ਵਿੱਚ ਕੋਈ ਵੀ ਮਿਠਾਸ ਚਮਤਕਾਰ ਆਪਾਂ ਨੂੰ ਆਪਣੇ ਮਨ ਨੂੰ ਨਹੀਂ ਕੋਈ ਟੱਚ ਕਰ ਰਹੀ ਹੁੰਦੇ ਵਰਡ ਹਨਾ ਬਟ ਜਦੋਂ ਉਹਦੇ ਵਿੱਚ ਆਪਾਂ ਕੋਈ ਇਹ ਜੇ ਅਸਧਾਰਨ ਜੇ ਵਰਡ ਯੂਜ਼ ਕਰ ਦਿੰਦੇ ਆ ਜਾਂ ਕੁਝ ਉਹਦੇ ਵਿੱਚ ਵਿਅੰਗ ਕਰਦੰਨੇ ਆ ਹਨਾ ਵਿਅੰਗ ਮਤਲਬ ਕੀ ਜਿਵੇਂ ਆਪਾਂ ਕੋਈ ਗੱਲ ਕਹਿਣੀ ਹੋਵੇ ਉਹਨੂੰ ਕਿਸੇ ਹੋਰ ਤਰੀਕੇ ਨਾਲ ਕਹਿ ਦੇਣੀ ਹੋਵੇ ਤਾਂ ਉਹਦੇ ਨਾਲ ਜਿਹੜਾ ਕਿ ਸਾਇ ਦੇ ਵਿੱਚ ਚਮਤਕਾਰ ਪੈਦਾ ਹੁੰਦਾ ਸਪੋਜ਼ਿਟੀਸ ਜਿਵੇਂ ਤੁਹਾਨੂੰ ਮੈਂ ਪੰਜਾਬੀ Song ਦੀ ਦੱਸਦੀ ਹਾਂ ਨਾ ਪੰਜਾਬੀ Song ਦੇ ਵਿੱਚ ਇੱਕ ਲਾਈਨਾਂ ਨੂੰ ਐਨ ਉਹਦੇ ਵਿੱਚ ਜਿਹੜੇ ਸ਼ਬਦ ਨੇ ਚੁੰਨ-ਚੁੰਨ ਕੇ ਪਾਇਵ ਹੁੰਦੇ ਨੇ ਜਿਹਨੂੰ ਆਪਾਂ ਵੈਸੇ ਸਿੱਧਾ ਬੋਲ ਦਈਏ ਤਾਂ ਉਹ ਆਪਾਂ ਨੂੰ ਆਮ ਗੱਲ ਲੱਗੂਗੀ ਪਰ ਉਹਦੇ ਵਿੱਚ ਉਹ ਸ਼ਬਦਾਂ ਨੂੰ ਚੋਣ ਹੋਣ ਕਰਕੇ ਉਹ ਕੀ ਬਣ ਗਿਆ Song ਬਣ ਜਾਂਦਾ ਐਵੇਂ ਕੱਤਾ ਪੰਜਾਬੀ ਕਾਵ ਠੀਕ ਹੈ ਉਹਦੇ ਵਿੱਚ ਜਦੋਂ ਆਪਾਂ ਸਧਾਰਨ ਗੱਲ ਤੋਂ ਹਟ ਕੇ ਕੁਝ ਖਾਸ ਗੱਲ ਕਰਦੇ ਹਾਂ ਕੁਝ ਟੇਢੀ ਮੇਢੀ ਗੱਲ ਕਰਦੇ ਹਾਂ ਜਿਹਦੇ ਨਾਲ ਸਾਹਿਦ ਦੇ ਵਿੱਚ ਚਮਤਕਾਰ ਪੈਦਾ ਹੁੰਦਾ ਜੇ ਆਪਾਂ ਉਹਦੇ ਵਿੱਚ ਸਧਾਰਨ ਗੱਲ ਕਰਦਾਂਗੇ ਸਧਾਰਨ ਵਾਕ ਵਰਤਾਂਗੇ ਤਾਂ ਕੋਈ ਵੀ ਉਹਦੇ ਵਿੱਚ ਚਮਤਕਾਰ ਪੈਦਾ ਨਹੀਂ ਹੋਊਗਾ ਇਸ ਕਰਕੇ ਆਪਾਂ ਕੀ ਕਰਦੇ ਹਾਂ ਸਾਹਿਦ ਦੇ ਵਿੱਚ ਠੀਕ ਆ ਕਾਵ ਦੇ ਵਿੱਚ ਵਕਰ ਜਾਂ ਟੇਢੇ ਕਥਨਾਂ ਦਾ ਨੂੰ ਯੂਜ਼ ਕਰਦੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ ਤੇ ਇਸੇ ਮਹੱਤਵ ਕਰਕੇ ਸੰਸਕ੍ਰਿਤ ਸਾਹਿਤ ਦੇ ਵਿੱਚ ਸੰਸਕ੍ਰਿਤ ਸਾਹਿਤ ਦੀ ਜਿਹੜੀ ਆਲੋਚਨਾ ਪ੍ਰਣਾਲੀ ਆ ਉਹਦੇ ਵਿੱਚ ਵੀ ਇਹ ਸੰਪਰਦਾਇ ਦਾ ਜਨਮ ਹੋਇਆ ਮਤਲਬ ਕਿ ਬਰੋਕਤੀ ਦਾ ਜਨਮ ਹੋਇਆ ਜਿਸ ਨੂੰ ਆਪਾਂ ਕੀ ਨਾਮ ਦਿੱਤਾ ਗਿਆ ਬਰੋਕਤੀ ਸੰਪਰਦਾਇ ਉਸ ਤੋਂ ਬਾਅਦ ਅੱਗੇ ਬਰੋਕਤੀ ਸੰਪਰਦਾਇ ਦਾ ਮੋਢੀ ਕੌਣ ਸੀ ਆਚਾਰੀਆ ਕੁੰਤਕ ਆਚਾਰੀਆ ਕੁੰਤਕ ਹੈ ਜਿਹੜੇ ਕਿ ਬਰੋਕਤੀ ਸੰਪਰਦਾਇ ਦਾ ਮੋਢੀ ਸੀ ਹਾਂਜੀ ਇਹ ਆਚਾਰੀਆ ਕੁੰਤਕ ਨੇ ਕਿਹੜਾ ਸ਼ਾਸਤਰ ਲਿਖਿਆ ਸਿਮਖਿਆ ਸ਼ਾਸਤਰ ਉਹਦੇ ਆਪਾਂ ਕਹਿ ਸਕਦੇ ਵੀ ਜੋ ਉਹਨਾਂ ਨੇ ਇੱਕ ਬੁੱਕ ਲਿਖੀ ਉਹਦਾ ਕੀ ਨਾਮ ਸੀ ਬਰੁਕਤੀ ਜੀਵਤਮ ਬਰੁਕਤੀ ਜੀਵਤਮ ਤੇ ਕੁੰਤਕ ਤੋਂ ਪਹਿਲਾਂ ਵੀ ਪੰਜਾਬੀ ਜਿਹੜਾ ਆਪਾਂ ਕਹਿ ਸਕਦੇ ਸਾਹਿਤ ਦੇ ਵਿੱਚ ਬਰੁਕਤੀ ਦੀ ਪਰਿਭਾਸ਼ਾ ਉਹਦੇ ਗੁਣ ਉਹਦੇ ਲੱਛਣ ਉਹਦੀ ਰੂਪਰੇਖਾ ਤੇ ਕ ਤੇ ਇਹਦੀ ਵਰਤੋਂ ਦੇ ਆਪਣੇ ਆਪਣੇ ਵਿਚਾਰ ਚੱਲਦੇ ਆ ਰਹੇ ਸੀ ਜਿਵੇਂ ਵਾਨ ਭਟ ਨੇ ਆਪਣੀ ਜਿਹੜੀ ਰਚਨਾ ਕਦੰਬਰੀ ਬਾਨਪਟ ਦੀ ਰਚਨਾ ਸੀ ਕਦੰਬਰੀ ਇਹਦੇ ਵਿੱਚ ਉਹਨੇ ਵਿਰੋਕਤੀ ਦੇ ਵੱਲ ਜਿਹੜੇ ਕਿ ਸੰਕੇਤ ਕੀਤੇ ਨੇ ਸਾਈਨ ਦਿੱਤੇ ਨੇ ਵਿਰੋਕਤੀ ਬਾਰੇ ਤੇ ਕਿਹਾ ਕਿ ਵਿਰੋਕਤੀ ਕੀ ਆ ਬਾਨਪਟ ਨੇ ਕੀ ਕਿਹਾ ਕਿ ਵਿਰੋਕਤੀ ਕੀ ਆ ਵਿਲਾਸੀ ਮਤਲਬ ਕਿ ਜੋ ਵਿਲਾਸੀ ਭੋਗ ਵਿਲਾਸੀ ਮਤਲਬ ਕਿ ਆਪਣੇ ਵਿੱਚੇ ਮਸਤ ਰਹਿਣ ਵਾਲਾ ਬੰਦਾ ਉਹਦਾ ਕਹਿੰਦਾ ਵਿਅੰਗ ਭਰਪੂਰ ਵਚਨ ਹੁੰਦਾ ਮਤਲਬ ਕਿ ਜਿਹੜਾ ਆਪਣੇ ਵਿੱਚੇ ਮਸਤ ਰਹਿੰਦਾ ਜਦੋਂ ਕੋਈ ਕਿਸੇ ਨੂੰ ਟੌਂਟ ਲਾ ਕੇ ਗੱਲ ਕਰਦਾ ਠੀਕ ਆ ਵਿਅੰਗ ਦਿੰਦਾ ਤਾਂ ਉਹ ਕੀ ਆ ਵਿਰੋਕਤੀ ਆ ਠੀਕ ਆ ਵਿਲਾਸੀ ਆਦਮੀ ਦਾ ਵਿਅੰਗ ਭਰਪੂਰ ਕੀਆ ਵਚਨ ਮਤਲਬ ਕਿ ਉਹਦੀ ਗੱਲ ਆ ਇਸੇ ਤਰ੍ਹਾਂ ਭਾਮਿਆਂ ਨੇ ਕੀ ਕਿਹਾ ਵਿਰੋਕਤੀ ਦੀ ਮਹੱਤਤਾ ਬਾਰੇ ਦੱਸਿਆ ਨੇ ਵੀ ਇਹਨਾਂ ਨੇ ਵੀ ਕੀ ਕਿਹਾ ਕਿ ਕਵੀ ਨੂੰ ਚਾਹੀਦਾ ਕਿ ਉਹ ਸ਼ਬਦ ਤੇ ਅਰਥ ਦੀ ਵਿਰੋਕਤੀ ਦੀ ਸਿਰਜਣਾ ਕਰੇ ਮਤਲਬ ਕਿ ਜਿਹੜੇ ਸਾਹਿਤ ਦੇ ਵਿੱਚ ਕਾਵ ਦੇ ਵਿੱਚ ਸ਼ਬਦ ਵਰਤੇ ਜਾਣ ਜਾਂ ਉਹਨਾਂ ਦਾ ਜਿਹੜਾ ਅਰਥ ਦੱਸਿਆ ਜਾਵੇ ਉਹਨਾਂ ਦੇ ਵਿੱਚ ਵੀ ਵਿਰੋਕਤੀ ਯੂਜ਼ ਕੀਤੀ ਜਾਵੇ ਮਤਲਬ ਕਿ ਸਿੱਧੀ ਗੱਲ ਨਾ ਕੀਤੀ ਜਾਵੇ ਉਹਨੂੰ ਉਦੇ ਵਿਅੰਗ ਕੱਸ ਕੇ ਜਦੋਂ ਆਪਾਂ ਗੱਲ ਕਰਾਂਗੇ ਸਾਇਦੇ ਵਿੱਚ ਤਾਂ ਉਹ ਚਮਤਕਾਰ ਪੈਦਾ ਹੋਊਗਾ ਮਿਠਾਸ ਪੈਦਾ ਹੋਊਗੀ ਠੀਕ ਹੈ ਆ ਪਾਠਕ ਨੂੰ ਪੜਨ ਵਾਲੇ ਨੂੰ ਉਹਦੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਹੋਣਗੀਆਂ ਭਾਵੇਂ ਨੇ ਸ਼ਬਦ ਤੇ ਅਰਥ ਦੋਹਾਂ ਦੀ ਵਕਰਤਾ ਨੂੰ ਕੀ ਦਿੱਤਾ ਵਿਰੁਕਤੀ ਦਾ ਧਾਰ ਮੰਨਿਆ ਭਾਵੇਂ ਕੀ ਕਹਿੰਦਾ ਵੀ ਜਿਹੜਾ ਸ਼ਬਦ ਹੈ ਤੇ ਅਰਥਾ ਦੋਹਾਂ ਦੀ ਜਿਹੜੀ ਵਕਰਤਾ ਹੈ ਠੀਕ ਹੈ ਮਤਲਬ ਕਿ ਦੋਨਾਂ ਦਾ ਜਿਹੜਾ ਬੇਸ ਆ ਉਹ ਕੀ ਹੋਣਾ ਚਾਹੀਦਾ ਵਿਰੁਕਤੀ ਹੋਣਾ ਚਾਹੀਦਾ ਤੇ ਇਸੇ ਤਰੀਕੇ ਨਾਲ ਦੰਡੀ ਇਨੋਂ ਨਾਲ ਦੀ ਨਾਲ ਯਾਦ ਰੱਖਣਾ ਆਚਾਰੇ ਕੁੰਤਕ ਤੋਂ ਬਾਅਦ ਆਪਾਂ ਨੇ ਕਿਹੜੇ ਕਿਹੜਾ ਪੜਿਆ ਬਾਨਪੱਟ ਠੀਕ ਆ ਭਾਮਿਆ ਤੇ ਅੱਗੇ ਆ ਗਿਆ ਦੰਡੀ ਇਹਨਾਂ ਨੂੰ ਅੱਗੇ ਪਿੱਛੇ ਵੀ ਕਰ ਸਕਦੇ ਹੋ ਦੰਡੀ ਨੇ ਕੀ ਕਰਿਆ ਵਾਕ ਦੇ ਦੋ ਭੇਦ ਦੱਸੇ ਨੇ ਦੋ ਭੇਦ ਠੀਕ ਹੈ ਭੇਦ ਮਤਲਬ ਕੀ ਆਪਾਂ ਕਹਿੰਦੇ ਆ ਵੀ ਦੋ 파ਟ ਇਕੋ ਸੁਭਾਉ ਉਕਤੀ ਹੁੰਦਾ ਤੇ ਇੱਕ ਹੁੰਦਾ ਵਕਰ ਉਕਤੀ ਸਵਾ ਉਕਤੀ ਕੀ ਹੁੰਦੀ ਹੈ ਜਿਹੜਾ ਸਹਿਜ ਸੁਭਾਅ ਆ ਕੋਈ ਗੱਲ ਕਰਦੀ ਹੈ ਵਚਨ ਕੀ ਹੋ ਗਿਆ ਗੱਲਬਾਤ ਠੀਕ ਹੈ ਸਹਿਜ ਸੁਭਾਅ ਆ ਮਤਲਬ ਕਿ ਜਿਵੇਂ ਆਪਾਂ ਕਦੇ ਕਰਦੇ ਨੇ ਕਿ ਮੈਂ ਤਾਂ ਵੈਸੀ ਬੋਲਦਾ ਸਹਿਜ ਸੁਭਾਅ ਇਹ ਬੋਲਦਾ ਠੀਕ ਆ ਉਹ ਹੋ ਗਿਆ ਤੇ ਵਕਰ ਹੋ ਗਿਆ ਮਤਲਬ ਕਿ ਆਪਾਂ ਜਦੋਂ ਸਾਹਿਤ ਨੂੰ ਸੁੰਦਰ ਤੇ ਵਧੀਆ ਸੋਹਣਾ ਬਣਾਉਣ ਦੇ ਲਈ ਆਪਾਂ ਵਿਅੰਗ ਦੇ ਨਾਲ ਗੱਲ ਕਰਦੇ ਆ ਉਸ ਤੋਂ ਦੰਡੀ ਤੋਂ ਬਾਅਦ ਅੱਗੇ ਬਾਮਨ ਇਹਨੇ ਵਿਰੁਕਤੀ ਨੂੰ ਕੀ ਇੱਕ ਅਰਥ ਅਲੰਕਾਰ ਮੰਨਿਆ ਮਤਲਬ ਕਿ ਵਿਰੁਕਤੀ ਕੀ ਆ ਅਰਥ ਅਲੰਕਾਰ ਉਹ ਹੁੰਦਾ ਵੀ ਜਦੋਂ ਸਾਹਿਤ ਦੇ ਵਿੱਚ ਅਲੰਕਾਰ ਕੀ ਹੁੰਦੇ ਨੇ ਕਵਤਾਂ ਨੂੰ ਸਜਾਉਣ ਲਈ ਗਹਿਣੇ ਹੁੰਦੇ ਨੇ ਠੀਕ ਹੈ ਜਿਵੇਂ ਆਪਾਂ ਮਨੁੱਖੀ ਸਰੀਰ ਨੂੰ ਸਜਾਉਣ ਲਈ ਗਹਿਣੇ ਵਰਤਦੇ ਐਵੇਂ ਕਵਤਾਂ ਨੂੰ ਸਜਾਵਟ ਦੇਣ ਦੇ ਲਈ ਕਾਵ ਨੂੰ ਸਜਾਵਟ ਦੇਣ ਦੇ ਲਈ ਅਲੰਕਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜਿਵੇਂ ਉਪਮਾ ਅਲੰਕਾਰ ਅਨੁਪਰਾਸ ਅਲੰਕਾਰ ਦ੍ਰਿਸ਼ਟਾਂਤ ਅਲੰਕਾਰ ਅਤਕਥਨੀ ਅਲੰਕਾਰ ਇਸੇ ਤਰੀਕੇ ਨਾਲ ਜਿਹੜਾ ਕਹਿੰਦੇ ਵਿਰੁਕਤੀ ਕੀ ਇੱਕ ਅਰਥ ਅਲੰਕਾਰ ਆ ਵੀ ਜਿਹਦੇ ਅਰਥਾਂ ਦੇ ਵਿੱਚ ਚਮਤਕਾਰ ਪੈਦਾ ਹੁੰਦਾ ਠੀਕ ਹੈ ਅਰਥ ਅਲੰਕਾਰ ਜਿਵੇਂ ਅਤਕਥਨੀ ਅਰਥ ਅਲੰਕਾਰ ਤੇ ਆਨੰਦ ਵਰਦਨ ਆਨੰਦ ਵਰਦਨ ਠੀਕ ਹੈ ਇਹਨਾਂ ਨੇ ਕੀ ਕਿਹਾ ਕਿ ਅਲੰਕਾਰ ਦੇ ਰੂਪ ਦੇ ਵਿੱਚ ਹੀ ਸਵੀਕਾਰ ਕੀਤਾ ਵੀ ਹਾਂ ਜਿਹੜੇ ਵਿਰੁਕਤੀ ਉਹ ਕੀ ਆ ਅਲੰਕਾਰ ਹੈ ਤੇ ਰੂਦਰਟ ਨੇ ਵਿਰੁਕਤੀ ਨੂੰ ਇੱਕ ਸ਼ਬਦ ਅਲੰਕਾਰ ਵਰਤਿਆ ਰੂਦਰਟ ਕੀ ਕਹਿੰਦਾ ਕਿ ਜਿਹੜਾ ਅਲੰਕਾਰ ਉਹ ਸ਼ਬਦ ਦੇ ਤੌਰ ਤੇ ਅਲੰਕਾਰ ਮਤਲਬ ਕਿ ਜਿਹੜੇ ਸ਼ਬਦ ਵਰਤੇ ਗਏ ਨੇ ਸ਼ਬਦਾਂ ਦੇ ਵਿੱਚ ਚਮਤਕਾਰ ਪੈਦਾ ਹੋ ਰਿਹਾ ਤੇ ਅਰਥ ਅਲੰਕਾਰ ਉਹ ਹੁੰਦਾ ਵੀ ਜਦੋਂ ਅਰਥਾਂ ਦੇ ਵਿੱਚ ਚਮਤਕਾਰ ਪੈਦਾ ਹੋਵੇ ਠੀਕ ਹੈ ਮਤਲਬ ਕਿ ਵामਨ ਨੇ ਕੀ ਕਿਹਾ ਕਿ ਅਰਥ ਅਲੰਕਾਰ ਹੈ ਤੇ ਰੂਦਰਟ ਨੇ ਕੀ ਕਿਹਾ ਕਿ ਇਹ ਸ਼ਬਦ ਅਲੰਕਾਰ ਹੈ ਤੇ ਰੂਦਰਟ ਨੇ ਵੀ ਅੱਗੇ ਫਿਰ ਇਹਦੇ ਦੋ ਭੇਦ ਮੰਨੇ ਨਵਾਕ ਦੇ ਇੱਕ ਕਾਕੂ ਵਿਰੁਕਤੀ ਤੇ ਇੱਕ ਸਲੇਸ਼ ਠੀਕ ਹੈ ਕਾਕੂ ਵਿਰੁਕਤੀ ਕੀ ਹੁੰਦਾ ਜਿਹਦੇ ਵਿੱਚ ਬੋਲਾਂ ਦੇ ਉਤਰਾ ਚੜਾ ਦੇ ਅਨਸਾਰ ਕਥਨ ਦੇ ਵਿੱਚ ਵਿਅੰਗ ਜਾਂ ਵਕਰਤਾ ਜਾਵੇ ਮਤਲਬ ਕਿ ਜੋ ਬੋਲ ਨੇ ਉਹਦੇ ਵਿੱਚ ਜਦੋਂ ਉਹਨੂੰ ਆਪਾਂ ਉਤਰਾ ਚੜਾ ਕੇ ਬੋਲ ਰਹੇ ਅੱਗੇ ਪਿੱਛੇ ਕਰਕੇ ਬੋਲ ਰਹੇ ਹਾਂ ਠੀਕ ਹੈ ਤਾਂ ਉਸ ਦੇ ਵਿੱਚ ਜਿਹੜਾ ਵਿਅੰਗ ਆਉਂਦਾ ਹੈ ਵਾਗ ਦੇ ਵਿੱਚ ਜਾਂ ਬਕਰਤਾ ਬਕਰਤਾ ਮਤਲਬ ਕਿ ਟੇਢੀ ਮੇਢੀ ਗੱਲ ਬਣ ਜਾਂਦੀ ਹੈ ਤਾਂ ਉਹ ਕੀ ਆ ਵਰੁਕਤੀ ਆ ਸ਼ਲੇਸ਼ ਵਰੁਕਤੀ ਦੇ ਵਿੱਚ ਹੀ ਸ਼ਬਦ ਦੇ ਨਿਕਰਤ ਹੁੰਦੇ ਨੇ ਸ਼ਲੇਸ਼ ਵਰੁਕਤੀ ਦੇ ਵਿੱਚ ਕੀ ਹੁੰਦਾ ਵੀ ਅਰਥ ਅਰਥ ਪੈਦਾ ਹੁੰਦੇ ਨੇ ਜਿਵੇਂ ਕੋਈ ਸ਼ਬਦ ਆ ਮੰਨ ਲਓ ਜਿਵੇਂ ਹੁਣ ਆਪਾਂ ਉੱਤਰ ਉੱਤਰ ਇੱਕ ਉੱਤਰ ਦਿਸ਼ਾ ਹੋਊਗੀ ਹਨਾ ਇੱਕ ਜੋੜ ਉੱਤਰ ਜਾਣਾ ਹੋਣਾ ਇੱਕ ਕਿਸੇ ਚੀਜ਼ ਤੋਂ نیچے ਉੱਤਰ ਜਾਣਾ ਜਿਵੇਂ ਕੋਠੇ ਤੋਂ نیچے ਉੱਤਰ ਜਾਣਾ ਹਨਾ ਉਲਟੀ ਜਿਵੇਂ ਵੈਸੇ ਇੱਕ ਵੋਮਿਟ ਹੋ ਗਿਆ ਉਲਟੀ ਤੇ ਇੱਕ ਕੋਈ ਚੀਜ਼ ਉਲਟੀ ਹੋ ਜਾਣਾ ਠੀਕ ਹੈ ਐਵੇਂ ਉਹ ਹੋ ਗਿਆ ਅਰਥ ਅਲੰਕਾਰਾਂ ਦੇ ਵਿੱਚ ਤੇ ਅਵਿਨੰ ਗੁਪਤ ਨੇ ਸ਼ਬਦ ਬਰੋਕਤੀ ਤੇ ਅਰਥ ਬਰੋਕਤੀ ਦੋਹਾਂ ਨੂੰ ਹੀ ਸਮਾਨ ਮਹੱਤਵ ਦਿੱਤਾ ਜਿਹੜਾ ਅਵਿਨੰ ਗੁਪਤ ਹੋਇਆ ਉਹਨੇ ਸ਼ਬਦ ਬਰੋਕਤੀ ਨੂੰ ਵੀ ਉਨਾਂ ਹੀ ਇੰਪੋਰਟੈਂਸ ਦਿੱਤੀ ਤੇ ਅਰਥ ਨੂੰ ਅੱਗੇ ਫਿਰ ਤੋਂ ਕੁੰਤਕ ਇਹ ਮਤਲਬ ਕਿ ਜਿਹੜੇ ਕੁੰਤਕ ਤੋਂ ਪਹਿਲਾਂ ਜੋ ਜਿੰਨਾ ਰਾਈਟਰਸ ਨੇ ਆਪਣੇ ਸਾਹਿਤਕਾਰਾਂ ਨੇ ਵੇਰਵੇ ਦਿੱਤੇ ਨੂੰ ਸਾਰੇ ਅੱਗੇ ਇਹਨਾਂ ਨੂੰ ਅੱਗੇ ਪਿੱਛੇ ਹੋ ਸਕਦਾ ਠੀਕ ਹੈ ਅ ਅੱਗੇ ਯਾਦ ਕਰਾਂ ਦਾ ਇਹ ਢਾਂਗਾ ਕਿ ਤੁਸੀਂ ਇਹਨਾਂ ਨੂੰ ਪਹਿਲਾਂ ਨਾਮ ਯਾਦ ਕਰ ਲਓ ਕਿ ਜਿਹੜੇ ਕਿ ਕੁੰਤਕ ਨੇ ਕੀ ਕਿਹਾ ਜਿਵੇਂ ਬਾਨਪਟ ਨੇ ਕੀ ਕਿਹਾ ਰੂਦਰਟ ਨੇ ਕੀ ਕਿਹਾ ਕਿੰਨੇ ਭੇਦਮਨ ਨੇ ਦੋ ਭੇਦਮਨ ਨੇ ਵਾਮਨ ਨੇ ਕੀ ਕਿਹਾ ਐ ਠੀਕ ਹੈ ਫਿਰ ਜਦੋਂ ਤੁਹਾਨੂੰ ਨਾਮ ਯਾਦ ਹੋ ਗਿਆ ਫਿਰ ਵਿਚਲਾ ਮਟੀਰੀਅਲ ਯਾਦ ਹੋ ਜਾਣਾ ਦੰਡੀ ਨੇ ਵੀ ਦੋ ਜਿਹੜੇ ਕਿ ਭੇਦ ਦੱਸੇ ਨੇ ਹਾਂਜੀ ਕੁੰਤਕ ਨੇ ਬਰੋਕਤੀ ਦੀ ਪ੍ਰਵਹਾਸ਼ਾ ਦਿੰਦੇ ਕੀ ਕਿਹਾ ਕਿ ਇਹਨੂੰ ਕਾਵ ਦੀ ਆਤਮਾ ਮੰਨੇ ਮਤਲਬ ਕਿ ਬਰੋਕਤੀ ਕੀ ਆ ਜਿਹੜਾ ਕਾਵ ਆ ਉਹਦੀ ਕਾਵ ਦੀ ਆਤਮਾ ਠੀਕ ਹੈ ਜਿਵੇਂ ਮਨੁੱਖੀ ਸਰੀਰ ਦੇ ਵਿੱਚ ਆਪ ਆਤਮਾ ਐਵੇਂ ਜਿਹੜੇ ਕਾਵ ਦੀ ਆਤਮਾ ਕੀ ਆ ਬਰੁਕਤੀ ਆ ਤੇ ਕਵੀ ਆਪਣੀ ਉਕਤੀ ਉਕਤੀ ਕੀ ਹੁੰਦੀ ਆ ਗੱਲ ਗੱਲ ਦੇ ਵਿੱਚ ਵਿਚਿਤਰਤਾ ਵਿਚਿਤਰਤਾ ਕੀ ਹੁੰਦੀ ਆ ਮਤਲਬ ਕਿ ਉਹਦੇ ਵਿੱਚ ਸਟ੍ਰੇਂਜ ਲੈ ਕੇ ਆਉਣਾ ਸਟ੍ਰੇਂਜ ਕੋਈ ਗੱਲ ਅ ਅਨੋਖੀ ਠੀਕ ਹੈ ਵਿਅੰਗ ਤੇ ਕੋਸ਼ਲ ਪਰ ਕੇ ਇਹਦੀ ਸ਼ੋਭਾ ਵਧਾ ਦਿੰਦਾ ਮਤਲਬ ਕਿ ਜਿਹੜਾ ਸਾਹਿਤਕਾਰ ਆ ਉਹ ਕਾਵ ਦੇ ਵਿੱਚ ਜਾਂ ਕਵੀ ਆ ਜਦੋਂ ਆਪਣੇ ਕਵਿਤਾ ਦੇ ਵਿੱਚ ਵਿਰੋਕਤੀ ਦੀ ਵਰਤੋਂ ਕਰਦਾ ਤਾਂ ਕਵਿਤਾ ਦੇ ਵਿੱਚ ਬਚਿੱਤਰਤਾ, ਅਨੋਖਾਪਨ ਆ ਜਾਂਦਾ, ਵਿਅੰਗ ਆ ਜਾਂਦਾ ਤੇ ਕੁਸ਼ਲਤਾ ਭਰਪੂਰ ਬਣ ਜਾਂਦੀ ਉਹ। ਪਾਠਕਾਂ ਦੇ ਦਿਲ ਨੂੰ ਛੋਹਣ ਵਾਲੀ ਬਣ ਜਾਂਦੀ ਹੈ ਤੇ ਉਹਦੀ ਸ਼ੋਭਾ ਨੂੰ ਵਧਾ ਦਿੰਦੀ ਹੈ। ਤੇ ਅੱਗੇ ਵਿਰੋਕਤੀ ਦੇ ਵਿੱਚ ਹੁੰਦਾ ਚਤੁਰਤਾ। ਚਤੁਰਤਾ, ਵਿਰੋਕਤੀ ਤੇ ਜਿੰਦਜਾਨ। ਠੀਕ ਹੈ ਚਤੁਰਤਾ ਮਤਲਬ ਕਿ ਕਿੰਨੀ ਚਲਾਕੀ ਦੇ ਨਾਲ ਜਿਹੜੇ ਸ਼ਬਦ ਵਰਤੇ ਜਾਣ। ਉਹ ਕੀਆ ਬਰੋਕਤੀ ਦੀ ਜਿੰਦ ਜਾਨ ਹੁੰਦੇ ਨੇ ਤੇ ਕਵੀ ਦੀ ਪ੍ਰਤਿਵਾ ਪ੍ਰਤਿਵਾ ਕੀ ਹੋ ਗਿਆ ਟੈਲੈਂਟ ਸੋਨੇ ਤੇ ਸਹਾਗੇ ਦਾ ਕੰਮ ਕਰਦੀ ਹੈ ਠੀਕ ਹੈ ਮਤਲਬ ਕਿ ਸੋਨੇ ਤੇ ਸਹਾਗੇ ਦਾ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਕੁੰਤਕ ਨੇ ਕਾਵਿ ਪ੍ਰਤਿਵਾ ਨੂੰ ਕਾਵਿ ਸ਼ਕਤੀ ਦਾ ਹੀ ਨਾ ਦਿੱਤਾ ਕੁੰਤਕ ਆਚਾਰੀਏ ਕੁੰਤਕ ਨੇ ਕੀ ਕਿਹਾ ਵੀ ਜਿਹੜੀ ਕਾ ਪ੍ਰਤਿਵਾ ਮਤਲਬ ਕਿ ਕਵੀ ਦਾ ਜਿਹੜਾ ਟੈਲੈਂਟ ਆ ਉਹੀ ਕਾਵਿ ਸ਼ਕਤੀ ਹੈ ਤੇ ਕੁੰਤਕ ਨੇ ਬਰੋਕਤੀ ਸਿਧਾਂਤ ਨੂੰ ਫਿਰ ਅੱਗੇ ਦੇ ਆਵਾਕਾਂ ਦੇ ਵਿੱਚ ਇਸ ਤਰੀਕੇ ਨਾਲ ਦੱਸਿਆ ਵਿਰੋਕਤੀ ਕੀ ਹੈ ਵਿਚਿੱਤਰ ਕਥਨ ਸ਼ੈਲੀ ਦਾ ਨਾਮ ਵਿਚਿੱਤਰ ਕੀ ਹੋ ਗਿਆ ਅਨੋਖਾਪਨ ਠੀਕ ਹੈ ਅश्चर्यਜਤਾ ਵਿਰੋਕਤੀ ਦਾ ਜਨਮ ਕਵੀ ਦੀ ਕਰਤਾਰੀ ਕਲਪਨਾ ਮਤਲਬ ਕਿ ਕਵੀ ਦੀ ਇੱਕ ਕਲਪਨਾ ਇਮੇਜਨ ਇਮੇਜਿਨੇਸ਼ਨ ਦੇ ਨਾਲ ਹੁੰਦੀ ਹੈ ਜਾਂ ਆਪਾਂ ਕਹਿ ਸਕਦੇ ਆ ਕਾਵ ਸ਼ਕਤੀ ਦੇ ਵਿੱਚ ਹੁੰਦੀ ਹੈ ਤੇ ਵਿਰੋਕਤੀ ਸਰੋਤੇ ਦੇ ਮਨ ਨੂੰ ਸਰੋਤਾ ਮਤਲਬ ਕਿ ਪਾਠਕ ਜਿਹੜੇ ਪੜਦੇ ਨੇ ਉਹਨਾਂ ਦੇ ਮਨ ਨੂੰ ਪ੍ਰਭਾਵਿਤ ਕਰਦੀ ਹੈ ਤੇ ਸਰੋਤਾ ਰਸਲੀਨ ਹੋ ਜਾਂਦਾ ਭਾਵ ਕਿ ਸਰੋਤੇ ਨੂੰ ਪੜਨ ਵਾਲੇ ਨੂੰ ਉਸ ਕਾਵ ਦੇ ਵਿੱਚ ਮਿੱਠਤਾ ਮਿਠਾਸ ਠੀਕ ਹੈ ਦਾਹਸਾਸ ਹੁੰਦਾ ਪਾਪ ਕੇ ਜਦੋਂ ਉਹ ਪੜਦੇ ਕਿਵਰ ਆਪਣੇ ਮਨ ਨੂੰ ਬਹੁਤ ਸ਼ੋਜਨ ਦੀਏ ਨੇ ਅੱਗੇ ਹੈ ਫੋਰਥ ਨੰਬਰ ਤੇ ਵਿਰੁਕਤੀ ਨਾਲ ਵਾਕ ਨਵੇਂ ਚਮਤਕਾਰੀ ਤੇ ਵਿਅੰਗ ਅਰਥ ਦੇਣ ਲੱਗ ਜਾਂਦੇ ਨੇ ਹਾਂਜੀ ਅੱਗੇ ਵਿਰੋਕਤੀ ਦੇ ਭੇਦ ਕਿੰਨੇ ਨੇ ਵਿਰੋਕਤੀ ਦੇ ਭੇਦ ਹੈਗੇ ਨੇ ਜਿਹੜੇ ਕਿ 6 ਠੀਕ ਹੈ ਕੱਲੇ ਨਾਲ ਨਾਮਜ਼ਾਰ ਕਰ ਲਿਓ ਵਰਣ ਵਿਨਾਸ ਵਕਰਤਾ ਪਦਪੂਰਣ ਅਰਥ ਵਕਰਤਾ niche niche likh lo main taise likhta ਠੀਕ ਹੈ पद पर अर्थ वक्रता वाक वक्रता प्रकरण प्रबन्ध मतलब ਕਿ ਪਹਿਲਾਂ ਤੁਸੀਂ ਇਹ ਯਾਦ ਕਰ ਲਓ ਪਿੱਛੇ ਤਾਂ ਜਿਹੜੇ ਕਿ ਇਹਨਾਂ ਦੇ ਵਕਰਤਾ ਲਿਆ ਹੋਇਆ ਆ ਕਿ ਮਹੱਤਵ ਮਹੱਤਵ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਕਾਵ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਇਸੇ ਤਰੀਕੇ ਨਾਲ ਸੰਸਕ੍ਰਿਤ ਦੇ ਵਿੱਚ ਵੀ ਜਿਹੜੇ ਕਿ ਇਹਨੂੰ ਬਿਰੋਕਤੀ ਸੰਪਰਦਾਇ ਦਾ ਨਾਂ ਪਿਆ ਹੋਇਆ ਤੇ ਪਛਮੀ ਸਾਹਿਤ ਦੇ ਵਿੱਚ ਵੀ ਇਹਦਾ ਖਾਸ ਮਹੱਤਵ ਹੈ ਤੇ ਅਰਸਤੂ ਦੇ ਕਾਵ ਸ਼ਾਸਤਰ ਵਿੱਚ ਵੀ ਵਿਰੋਕਤੀ ਦਾ ਮਹੱਤਵ ਆਪਾਂ ਨੂੰ ਪਤਾ ਲੱਗਦਾ ਅਰਥਤੂ ਕਹਿੰਦਾ ਕਿ ਅਸਧਾਰਨ ਸ਼ਬਦਾਂ ਦੇ ਪ੍ਰਯੋਗ ਦੇ ਨਾਲ ਲਿਖਣ ਸ਼ੈਲੀ ਵਿਸ਼ੇਸ਼ ਤੌਰ ਤੇ ਕਾਮਯੀ ਹੋ ਜਾਂਦੀ ਹੈ ਠੀਕ ਹੈ ਅਸਧਾਰਨ ਸ਼ਬਦਾਂ ਦੇ ਪ੍ਰਯੋਗ ਨਾਲ ਲਿਖਣ ਸ਼ੈਲੀ ਜਿਹੜੀ ਕਿ ਕਾਮਯੀ ਹੋ ਜਾਂਦੀਆਂ ਵਿਚਿੱਤਰ ਸ਼ਬਦ ਰੂਪਕ ਅਥਕਥਨੀ ਆਦਿਕਾਂ ਦੀ ਵਰਤੋਂ ਦੇ ਨਾਲ ਜਿਹੜੀ ਕਿ ਬੋਲਚਾਲ ਵਾਲੀ ਭਾਸ਼ਾ ਨਹੀਂ ਰਹਿੰਦੀ ਬਲਕਿ ਇੱਕ ਵਧੀਆ ਰਸਦਾਇਕ ਭਾਸ਼ਾ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਲੋਭ ਜਾਇਨਸ ਇਸ ਰਾਈਟਰ ਨੇ ਜਿਵੇਂ ਅਰਸਤੋ ਠੀਕ ਹੈ ਪੱਛਮੀ ਸਾਇਦਕਰ ਅ ਇਹਨਾਂ ਦੀ ਸੀ ਬੁੱਕ ਔਨ ਦੀ ਸਬਲਾਈਮ ਦੇ ਵਿੱਚ ਵੀ ਅਲੋਕਿਕ ਤੇ ਵਿਲੱਖਣ ਸ਼ਬਦਾਂ ਦੀ ਵਰਤੋਂ ਦੇ ਹੱਕ ਦੇ ਵਿੱਚ ਵਿਚਾਰ ਦੱਤੇ ਨੇ ਤੇ ਇਹਨਾਂ ਤੋਂ ਮਗਰਲੇ ਸਾਹਿਤ ਜਾਂ ਪਾਕਾਲ ਦੇ ਵਿੱਚ ਸਾਹਿਤ ਚਿੰਤਕਾਂ ਨੇ ਵੀ ਵਿਰੋਕਤੀ ਇਹ ਬਾਰੇ ਅਜਾਹੀ ਆਪਣੇ ਵਿਚਾਰ ਪ੍ਰਗਟਾਇਆ ਸੋ ਇਹ ਸੀ ਵਿਰੋਕਤੀ ਆਇਓ ਤੁਹਾਨੂੰ ਸਮਝ ਲੱਗ ਗਿਆ ਹੋਣਾ ਥੈਂਕਸ